ਸਾਤਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਇੱਥੇ ਹੋਏ ਭਿਆਨਕ ਹਾਦਸੇ 'ਚ ਐਸਯੂ ਗੱਡੀ ਦੇ ਹੋਏ ਦੋ ਟੁਕੜੇ ਤਿੰਨ ਦੀ ਹੋਈ ਮੋੜ ਦੇਖਣ ਵਾਲਿਆਂ ਦੇ ਹੋਏ ਉੱਡੇ ਹੋਸ਼ ਆਈ ਦਾ ਆਜਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ ਚੋਤੇ ਜਾ ਕੇ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ ਦੇਸ਼ ਅੰਦਰ ਹੋਣ ਵਾਲੇ ਸੜਕ ਹਾਦਸਿਆਂ ਵਿੱਚ ਦਿਨ ਬਦਿਨ ਵਾਧਾ ਹੁੰਦਾ ਜਾ ਰਿਹਾ ਹੈ ਜਿਸ ਨਾਲ ਬਹੁਤ ਸਾਰੇ ਕੀਮਤੀ ਜਾਨਾਂ ਇਹਨਾਂ ਹਾਸਿਆਂ ਦਾ ਸ਼ਿਕਾਰ ਹੋ ਰਹੀਆਂ ਨੇ ਇਹਨਾਂ ਹਾਸਿਆਂ ਵਿੱਚ ਇਸ ਦੁਨੀਆ ਤੋਂ ਜਾਣਵੇਂ ਲੋਕਾਂ ਦੀ ਕਮੀ ਉਹਨਾਂ ਦੇ ਪਰਿਵਾਰਾਂ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ ਜਿੱਥੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਬਹੁਤ ਸਾਰੇ ਇੰਤਜ਼ਾਮ ਕੀਤੇ ਜਾਂਦੇ ਹਨ ਇਹਨਾਂ ਹੋਣ ਵਾਲੇ ਹਾਸਿਆਂ ਨੂੰ ਰੋਕਿਆ ਜਾ ਸਕੇ ਉੱਥੇ ਲੋਕਾਂ ਵੱਲ ਵਰਤੀ ਜਾ ਰਹੀ ਅਣਗਹਿਲੀ ਕਾਰਨ ਹਰ ਰੋਜ਼ ਅਜਿਹੇ ਲੱਖਾਂ ਹੀ ਹਾਸੇ ਵਾਪਰ ਜਾ ਰਹੇ ਨੇ ਹਰ ਰੋਜ਼ ਜਿਹੇ ਹਾਸੇ ਹੋਣ ਨਾਲ ਲੋਕ ਝੰਡੋੜ ਕੇ ਰੱਖੇ ਹੋਏ ਨੇ ਹੁਣ ਇੱਥੇ ਹੋਇਆ ਪਿਆਣਾ ਖਾਸ ਤੇ ਜਿੱਤਨਾ ਗੱਡੀ ਦੇ ਦੋ ਟੁਕਰੇ ਹੋਏ ਅਤੇ ਤਿੰਨ ਲੋਕਾਂ ਦੀ ਮੌਤ ਹੋ ਗਈ ਪ੍ਰਾਪਤ ਜਾਣਕਾਰੀਆਂ ਸੇ ਇਹ ਮਾਮਲਾ ਛਿੰਦਰਵਾੜਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਭਿਆਨਕ ਸੜਕ ਹਾ사 ਵਾਪਰ ਗਿਆ ਇਹ ਰਾਜਸਥਾਨ-ਨਾਗਪੁਰ ਹਾਈਵੇ ਤੇ ਵਾਪਰਿਆ ਜਿੱਥੇ ਕਾਰ ਵਿੱਚ ਸੋਸਰ ਨਿਵਾਸੀ ਸਚਿੰਜ ਜਸਵਾਲ ਆਪਣੇ ਪਰਿਵਾਰ ਸਮੇਤ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਰੋਕਨਾਮਾ ਗਿਆ ਸੀ ਤੇ ਵਾਪਸwidetilde ਬਰਦ ਦੇ ਹਾ사 ਵਾਪਰ ਗਿਆ ਇਹ ਹਾਸਾ ਉਸ ਸਮੇਂ ਵਾਪਰਿਆ ਜਦੋਂ ਨਾਗਪੁਰ ਰੋਡ ਤੇ ਡ੍ਰੀਮ ਹੋਟਲ ਦੇ ਸਾਹਮਣੇ ਇੱਕ ਸਾਈਕਲ ਸਵਾਰ ਨੂੰ ਬਚਾਉਂਦੇ ਬਚਾਉਂਦੇ ਇੱਕ ਕਾਰ ਆਪਣਾ ਸੰਤੁਲਨ ਗਵਾ ਬੈਠੀ ਅਤੇ ਪੁੱਲ ਨਾਲ ਟਕਰਾ ਗਈ ਕਾਰ ਦੀ ਰਫ਼ਤਾਰ ਤੇਜ਼ ਹੋਣ ਵਾਲੇ ਹਾਸਾ ਇੰਨਾ ਪਿਆਨਕ ਸੀ ਕਿ ਕਾਰ ਦੇ ਦੋ ਟੁੱਕਰੇ ਹੋ ਗਏ ਇਸ ਪਿਆਨਕ ਸੜਕ ਹਾਸੇ ਵਿੱਚ ਕਾਰ ਵਿੱਚ ਸਵਾਰ ਤਿੰਨ ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਇਸ ਘਟਨਾ ਦੀ ਜਾਣਕਾਰੀ ਮਿਲਨ ਤੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਲਾਸ਼ਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਉਹਤੇਕਾਰ ਦੇ ਦੋ ਟੁਕੜਿਆਂ ਨੂੰ ਵਿਕਰਨ ਦੀ ਮਦਦ ਨਾਲ ਸੜਕ ਧਿਕਵਾ ਕੇ ਆਵਾਜਾਈ ਨੂੰ ਸ਼ੁਰੂ ਕੀਤਾ ਗਿਆ ਖਬਰ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ